ਮਸ਼ਹੂਰ ਪੰਜਾਬੀ ਗਾਇਕ ਖਾਨ ਭੈਣੀ ਦੇ ਪਿਤਾ ਤੇ ਭਰਾ ਦੀ ਜੋਖਿਮ ਚ ਪਈ ਜਾਨ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਇਹ ਵੀਡੀਓ। ਜਾਣੋ ਕੀ ਹੈ ਇਸ ਦੇ ਪਿੱਛੇ ਦਾ ਪੂਰਾ ਮਾਮਲਾ। ਸਤਿ ਸ਼੍ਰੀ ਅਕਾਲ, ਮੈਂ ਸੋਨੀਆ। ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਗਾਇਕ ਖਾਨ ਭੈਣੀ ਦੇ ਬਾਰੇ, ਜੋ ਕਿ ਇਸ ਵਕਤ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਸੁਰਖੀਆਂ ਬਟੋਰ ਰਹੇ ਨੇ। ਦਰਅਸਲ ਸੁਰਖੀਆਂ ਬਟੋਰਨ ਦੇ ਪਿੱਛੇ ਦੀ ਵਜ੍ਹਾ ਉਹਨਾਂ ਦਾ ਪਰਿਵਾਰ ਹੈ, ਜਿਸ ਦੇ ਕਰਕੇ ਉਹ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੇ ਨੇ। ਦੱਸ ਦਈਏ ਕਿ ਉਹਨਾਂ ਦੇ ਪਿਤਾ ਦੇ ਭਰਾ ਦੀ ਜੋ ਜਾਨ ਹੈ ਜ਼ੋਖਮ ਦੇ ਵਿੱਚ ਪੈ ਗਈ ਸੀ, ਇਸ ਦੇ ਪਿੱਛੇ ਦੀ ਵਜ੍ਹਾ ਜੋ ਸੀਗੀ ਕਾਫੀ ਜ਼ਿਆਦਾ ਸੀਰੀਅਸ। ਦਰਅਸਲ ਗਾਇਕ ਖਾਨ ਭੈਣੀ ਦੇ ਪਿਤਾ ਅਤੇ ਭਰਾ ਨੇ ਨਹਿਰ 'ਚ ਡੁੱਬ ਰਹੇ ਇੱਕ ਮੁੰਡੇ ਅਤੇ ਕੁੜੀ ਦੀ ਜਾਨ ਬਚਾਈ ਹੈ। ਉਹਨਾਂ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਕੇ ਇੰਨੇ ਕੰਮ ਕੀਤਾ। ਦੱਸ ਦਈਏ ਕਿ ਇਹ ਵੀਡੀਓ ਚਮਕੌਰ ਸੰਧੂ ਨਾਂ ਦੇ ਸ਼ਖਸ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ। ਇਸ ਵੀਡੀਓ ਉੱਤੇ ਫੈਨਸ ਦੇ ਵੱਲੋਂ ਲਗਾਤਾਰ ਰਿਐਕਸ਼ਨ ਦਿੱਤੇ ਜਾ ਰਹੇ ਨੇ। ਇਹ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਖਾਨ ਭੈਣੀ ਦਾ ਪਿਤਾ ਅਤੇ ਉਹਨਾਂ ਦਾ ਭਰਾ ਅਤੇ ਕਰਮ ਭੈਣੀ ਇਹਨਾਂ ਦੋਵਾਂ ਜਾਣਿਆਂ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਲਿਆਉਂਦੇ ਹੋਏ ਨਜ਼ਰ ਆ ਰਹੇ ਨੇ। ਜਾਣਕਾਰੀ ਮੁਤਾਬਕ ਮੁੰਡਾ ਕੁੜੀ ਕਾਰਸਨੇ ਨਹਿਰ 'ਚ ਡਿੱਗ ਪਏ ਸਨ, ਜਿਸ ਮਗਰੋਂ ਖਾਨ ਭੈਣੀ ਦੇ ਭਰਾ ਜੋ ਕਿ ਆਪਣੇ ਨਾਨਕੇ ਪਿੰਡ ਤੋਂ ਆ ਰਹੇ ਸਨ, ਤਾਂ ਰਸਤੇ 'ਚ ਇਸ ਮੁੰਡੇ ਕੁੜੀ ਨੂੰ ਡੁੱਬਦੇ ਹੋਏ ਵੇਖਿਆ ਤਾਂ ਤੁਰੰਤ ਨਹਿਰ 'ਚ ਇਹਨਾਂ ਨੂੰ ਬਚਾਉਣ ਦੇ ਲਈ ਛਾਲ ਮਾਰ ਦਿੰਦੇ ਨੇ। ਇਹਨਾਂ ਦੋਵਾਂ ਨੂੰ ਬਾਹਰ ਕੱਢਿਆ ਗਿਆ, ਉਹਨਾਂ ਦੇ ਵੱਲੋਂ ਦੋਵਾਂ ਦੀ ਜਾਨ ਜੋ ਆ ਬਚਾਈ ਗਈ। ਦੱਸਿਆ ਜਾ ਰਿਹਾ ਹੈ ਕਿ ਮੁੰਡਾ ਕੁੜੀ ਸਨੇ ਕਾਰ ਨਹਿਰ 'ਚ ਜਾ ਡਿੱਗੀ ਸੀ। ਕਾਰ 'ਚੋਂ ਕਿਸੇ ਤਰ੍ਹਾਂ ਨਿਕਲ ਕੇ ਇਹ ਕਾਰ 'ਤੇ ਖੜ੍ਹੇ ਹੋ ਗਏ ਸੀ। ਇਸ ਦੌਰਾਨ ਖਾਨ ਭੈਣੀ ਦੇ ਭਰਾ ਅਤੇ ਉਸਦੇ ਪਿਤਾ ਨੇ ਨਹਿਰ 'ਚ ਜਾ ਕੇ ਇਹਨਾਂ ਦੀ ਜਾਨ ਬਚਾਈ। ਫੈਨਸ ਵੱਲੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾ ਰਿਹਾ। ਖਾਨ ਭੈਣੀ ਦੇ ਭਰਾ ਅਤੇ ਪਿਤਾ ਦੀ ਲੋਕ ਰੱਜ ਕੇ ਤਾਰੀਫ ਕਰ ਰਹੇ ਹਨ। ਖਾਨ ਭੈਣੀ ਦੀ ਗੱਲ ਕਰੀਏ ਤਾਂ ਉਹਨਾਂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ, ਪੰਜਾਬੀਆਂ ਦਾ ਮਨ ਮੋਇਆ। ਉਹਨਾਂ ਦੇ ਗੀਤਾਂ ਨੂੰ ਸੁਣਨਾ ਦਰਸ਼ਕਾਂ ਨੂੰ ਬੇਹੱਦ ਪਸੰਦ ਹੈ, ਤਾਂ ਇਸ ਵੀਡੀਓ ਨੂੰ ਵੀ ਜੋ ਆ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ, ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਮਸ਼ਹੂਰ ਪੰਜਾਬੀ ਗਾਇਕ ਖਾਨ ਭੈਣੀ ਦੇ ਪਿਤਾ ਅਤੇ ਭਰਾ ਦੀ ਜੋਖਿਮ 'ਚ ਪਈ ਜਾਨ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਇਹ ਵੀਡੀਓ। ਜਾਣੋ ਕੀ ਹੈ ਇਸ ਦੇ ਪਿੱਛੇ ਦਾ ਪੂਰਾ ਮਾਮਲਾ। ਸਤਿ ਸ਼੍ਰੀ ਅਕਾਲ, ਮੈਂ ਸੋਨੀਆ। ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਗਾਇਕ ਖਾਨ ਭੈਣੀ ਦੇ ਬਾਰੇ, ਜੋ ਕਿ ਇਸ ਵਕਤ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਸੁਰਖੀਆਂ ਬਟੋਰ ਰਹੇ ਨੇ। ਦਰਅਸਲ ਸੁਰਖੀਆਂ ਬਟੋਰਨ ਦੇ ਪਿੱਛੇ ਦੀ ਵਜ੍ਹਾ ਉਹਨਾਂ ਦਾ ਪਰਿਵਾਰ ਹੈ, ਜਿਸ ਦੇ ਕਰਕੇ ਉਹ ਕਾਫੀ ਜ਼ਿਆਦਾ ਟ੍ਰੈਂਡ ਕਰ ਰਹੇ ਨੇ। ਦੱਸ ਦਈਏ ਕਿ ਉਹਨਾਂ ਦੇ ਪਿਤਾ ਦੇ ਭਰਾ ਦੀ ਜੋ ਜਾਨ ਹੈ ਜ਼ੋਖਮ ਦੇ ਵਿੱਚ ਪੈ ਗਈ ਸੀ, ਇਸ ਦੇ ਪਿੱਛੇ ਦੀ ਵਜ੍ਹਾ ਜੋ ਸੀਗੀ ਕਾਫੀ ਜ਼ਿਆਦਾ ਸੀਰੀਅਸ। ਦਰਅਸਲ ਗਾਇਕ ਖਾਨ ਭੈਣੀ ਦੇ ਪਿਤਾ ਅਤੇ ਭਰਾ ਨੇ ਨਹਿਰ 'ਚ ਡੁੱਬ ਰਹੇ ਇੱਕ ਮੁੰਡੇ ਅਤੇ ਕੁੜੀ ਦੀ ਜਾਨ ਬਚਾਈ ਹੈ। ਉਹਨਾਂ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਕੇ ਇੰਨੇ ਕੰਮ ਕੀਤਾ। ਦੱਸ ਦਈਏ ਕਿ ਇਹ ਵੀਡੀਓ ਚਮਕੌਰ ਸੰਧੂ ਨਾਂ ਦੇ ਸ਼ਖਸ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ। ਇਸ ਵੀਡੀਓ ਉੱਤੇ ਫੈਨਸ ਦੇ ਵੱਲੋਂ ਲਗਾਤਾਰ ਰਿਐਕਸ਼ਨ ਦਿੱਤੇ ਜਾ ਰਹੇ ਨੇ। ਇਹ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਖਾਨ ਭੈਣੀ ਦਾ ਪਿਤਾ ਅਤੇ ਉਹਨਾਂ ਦਾ ਭਰਾ ਅਤੇ ਕਰਮ ਭੈਣੀ ਇਹਨਾਂ ਦੋਵਾਂ ਜਾਣਿਆਂ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਲਿਆਉਂਦੇ ਹੋਏ ਨਜ਼ਰ ਆ ਰਹੇ ਨੇ। ਜਾਣਕਾਰੀ ਮੁਤਾਬਕ ਮੁੰਡਾ ਕੁੜੀ ਕਾਰਸਨੇ ਨਹਿਰ 'ਚ ਡਿੱਗ ਪਏ ਸਨ, ਜਿਸ ਮਗਰੋਂ ਖਾਨ ਭੈਣੀ ਦੇ ਭਰਾ ਜੋ ਕਿ ਆਪਣੇ ਨਾਨਕੇ ਪਿੰਡ ਤੋਂ ਆ ਰਹੇ ਸਨ, ਤਾਂ ਰਸਤੇ 'ਚ ਇਸ ਮੁੰਡੇ ਕੁੜੀ ਨੂੰ ਡੁੱਬਦੇ ਹੋਏ ਵੇਖਿਆ ਤਾਂ ਤੁਰੰਤ ਨਹਿਰ 'ਚ ਇਹਨਾਂ ਨੂੰ ਬਚਾਉਣ ਦੇ ਲਈ ਛਾਲ ਮਾਰ ਦਿੰਦੇ ਨੇ। ਇਹਨਾਂ ਦੋਵਾਂ ਨੂੰ ਬਾਹਰ ਕੱਢਿਆ ਗਿਆ, ਉਹਨਾਂ ਦੇ ਵੱਲੋਂ ਦੋਵਾਂ ਦੀ ਜਾਨ ਜੋ ਆ ਬਚਾਈ ਗਈ। ਦੱਸਿਆ ਜਾ ਰਿਹਾ ਹੈ ਕਿ ਮੁੰਡਾ ਕੁੜੀ ਸਨੇ ਕਾਰ ਨਹਿਰ 'ਚ ਜਾ ਡਿੱਗੀ ਸੀ। ਕਾਰ 'ਚੋਂ ਕਿਸੇ ਤਰ੍ਹਾਂ ਨਿਕਲ ਕੇ ਇਹ ਕਾਰ 'ਤੇ ਖੜ੍ਹੇ ਹੋ ਗਏ ਸੀ। ਇਸ ਦੌਰਾਨ ਖਾਨ ਭੈਣੀ ਦੇ ਭਰਾ ਅਤੇ ਉਸਦੇ ਪਿਤਾ ਨੇ ਨਹਿਰ 'ਚ ਜਾ ਕੇ ਇਹਨਾਂ ਦੀ ਜਾਨ ਬਚਾਈ। ਫੈਨਸ ਵੱਲੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾ ਰਿਹਾ।
ਖਾਨ ਭੈਣੀ ਦੇ ਭਰਾ ਅਤੇ ਪਿਤਾ ਦੀ ਲੋਕ ਰੱਜ ਕੇ ਤਾਰੀਫ ਕਰ ਰਹੇ ਹਨ। ਖਾਨ ਭੈਣੀ ਦੀ ਗੱਲ ਕਰੀਏ ਤਾਂ ਉਹਨਾਂ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ, ਪੰਜਾਬੀਆਂ ਦਾ ਮਨ ਮੋਇਆ। ਉਹਨਾਂ ਦੇ ਗੀਤਾਂ ਨੂੰ ਸੁਣਨਾ ਦਰਸ਼ਕਾਂ ਨੂੰ ਬੇਹੱਦ ਪਸੰਦ ਹੈ। ਤਾਂ ਇਸ ਵੀਡੀਓ ਨੂੰ ਵੀ ਜੋ ਆ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ, ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।